ਇਹਨਾਂ ਸਰਿੰਜਾ ਨਾਲ ਢਾ ਦੇ ਚਿੱਟਾ ਵੀਰੇ ਠੰਡ ਬੰਨੂ ਵੇਚਦਾ ਮੈਂ ਦੁੱਧ ਉਹਨਾਂ ਦਾ ਸਪਲਾਈ ਕਰਦਾ ਰਿਹਾ ਸਾਰਾ ਦੁੱਧ ਅਰਦਿਆ ਵੀਰੇ ਇਹ ਪੁਲਿਸ ਵਾਲੇ ਉਹਨਾਂ ਦੇ ਨਾਲ ਰਲੇ ਹੋਏ ਆ ਯਾਰ ਹਫਤਾ ਲੈਣ ਆਉਂਦੇ ਨੇ ਵੀਰੇ ਹਫਤਾ ਪੁਲਿਸ ਵਾਲੇ ਫੜਨ ਆਉਂਦੇ ਨੇ 500 ਹਜ਼ਾਰ ਦਿੱਤਾ ਜਾ ਬਾਈ ਇੱਧਰ ਦਾ ਝੋਟਾ ਦਿਆ ਜਿੱਦਣ ਉਹ ਦੂਜੇ ਦਿਨ ਵੀ ਵੇਚਿਆ ਚਿੱਟਾ ਉਹਨਾਂ ਨੇ ਉਹਨਾਂ ਦੇ ਤੋਂ ਵੀ ਦੀਵਾਨੀ ਮੇਰੇ ਪਿੰਡ ਦੇ ਵਿੱਚ 7-8 ਮੌਤਾਂ ਕਹਿੰਦੇ ਤਾਂ ਉਹਦੇ ਜਿਹੜੇ ਮੁੰਡੇ ਪਲੇਅਰ ਸੀ ਉਹਨਾਂ ਦੀਆਂ ਮੌਤਾਂ ਹੋ ਜਾਣੀਆਂ ਸਾਡੀ ਵੀ ਵਾਰੀ ਸੀ ਜੇ ਅਸੀਂ ਨਾ ਛੱਡਦੇ ਸੋ ਮਾਨਸਾ ਦੇ ਵਿੱਚ ਜਿਸ ਜਗ੍ਹਾ ਤੇ ਝੋਟੇ ਦੇ ਹੱਕ ਦੇ ਵਿੱਚ ਇਕੱਠ ਹੋਇਆ ਹੈ ਉੱਥੇ ਜਿੱਥੇ ਆਮ ਆਦਮੀ ਪਾਰਟੀ ਦੇ ਸਮਰਥਕ ਵੀ ਪਹੁੰਚੇ ਨੇ ਇੱਕ ਨੈਤਿਕ ਜ਼ਿੰਮੇਵਾਰੀ ਸਮਝਦਿਆਂ ਹੋਇਆ ਉੱਥੇ ਹੀ ਪਿੰਡ ਉਸ ਤੋਂ ਵੀ ਲੋਕ ਆਏ ਨੇ ਜਿਸ ਪਿੰਡ ਤੋਂ ਝੋਟੇ ਦੇ ਉੱਪਰ ਪਰਚਾ ਪਾਇਆ ਗਿਆ ਤੇ ਉਹਦੀ ਬਾਅਦ ਦੇ ਵਿੱਚ ਗ੍ਰਿਫਤਾਰੀ ਹੋਈ ਹੈ ਘੁੰਮਣ ਕਲਾ ਪਿੰਡ ਦੀ ਗੱਲ ਕਰ ਰਹੇ ਹਾਂ ਜਿੱਥੋਂ ਦੀ ਬਿਆੰਤ ਕੌਰ ਦੇ ਵੱਲੋਂ ਇਹ ਪਰਚਾ ਪਵਾਇਆ ਜਾਂਦਾ ਹੈ ਆ ਨੌਜਵਾਨ ਸਾਡੇ ਨਾਲ ਨੇ ਉਹਨਾਂ ਤੋਂ ਜਾਣਾਂਗੇ ਕਿ ਉਹਨਾਂ ਦੀ ਹਿਸਟਰੀ ਕੀ ਹੈ ਜਿਨ੍ਹਾਂ ਦੇ ਵੱਲੋਂ ਉਹਨਾਂ ਤੇ ਪਰਚਾ ਪਾਇਆ ਗਿਆ ਭਾਈ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਮਹਿਤਪ੍ਰੀਤ ਹੈ ਵੀਰੇ ਪਿੰਡ ਤੋਂ ਮੰਡਲਾ ਮੇਰਾ ਪਹਿਲਾਂ ਧੰਨਵਾਦ ਕਰਦਾ ਤੁਹਾਡੇ ਚੈਨਲ ਦੇ ਇਹਨਾਂ ਨੇ ਮੌਤਾਂ ਦਿੱਤਾ ਮੈਨੂੰ ਬੋਲਣ ਦਾ ਜੇ ਗੱਲ ਕਰੀਏ ਮੇਰੇ ਪਿੰਡ ਤੋਂ ਮੰਡਲਾ ਦੀ ਤਾਂ ਉੱਥੇ ਨਸ਼ਾ ਚਿੱਟਾ ਵੀਰੇ ਠੰਡ ਬੰਨੂ ਵੇਚਦਾ ਦੁਕਾਨਾਂ ਤੋਂ ਚਾਹ ਪੱਤੀ ਖਤਮ ਹੋ ਸਕਦੀ ਹੈ ਪਰ ਚਿੱਟਾ ਨਹੀਂ ਮੇਰੇ ਪਿੰਡ ਤੋਂ ਮੰਡਲਾ ਦੇ ਵਿੱਚੋਂ ਚਾਹ ਪੱਤੀ ਬਾਂਦ ਵੇਚਦਾ ਦੁਕਾਨਾਂ ਤੋਂ ਵੀਰੇ ਬਾਕੀ ਜਿਹੜੀ ਗੱਲ ਬਿਆੰਤ ਤੌਰ ਨੇ ਪਰਚਾ ਦਰਵਾਇਆ ਉਹ ਸਰਾਸਰ ਝੂਠਾ ਭਾਈ ਪਰਮਿੰਦਰ ਸਿੰਘ ਝੋਟਾ ਤੇ ਭੈਣ ਭੈਣ ਦੇ ਤੇ ਹੁਣ ਗੱਲ ਕਰੀਏ ਤੁਸੀਂ ਇੰਟਰਵਿਊ ਚੈੱਕ ਕਰ ਲਿਓ ਤੇ ਮੰਨ ਵੀ ਚੁੱਕੇ ਨੇ ਉਹਨਾਂ ਦੀ ਇੱਕ ਵੀਡੀਓ ਵੀ ਹੁਣ ਸਾਹਮਣੇ ਆ ਗਈ ਆ ਉਹਦੇ ਚੋਂ ਕਹਿੰਦੇ ਨੇ ਕਿ ਮੇਰੇ ਤੋਂ ਧੱਕੇ ਨਾ ਕਰਵਾਇਆ ਹਾਂ ਉਹ ਤਾਂ ਇਹ ਰਹੇ ਨੇ ਹੁਣ ਉਹਨਾਂ ਤੇ ਦਾਵਾ ਦੀ ਨਾ ਵੀਰੇ ਹੁਣ ਪਿੰਡ ਸਾਰਾ ਇੱਕ ਪਾਸੇ ਹੋ ਗਿਆ ਉਹਦੀ ਸੱਸ ਸਾਡੇ ਤੇ ਵੱਲ ਹੋ ਦੀ ਸਾਰਾ ਇੱਕ ਪਾਸੇ ਹੋ ਗਿਆ ਤਾਂ ਕਰਕੇ ਉਹ ਹੁਣ ਆਪਦਾ ਮੋੜ ਰਹੇ ਆ ਪਰਚੇ ਨੂੰ ਤੇ ਬਾਕੀ ਗੱਲ ਰਹੀ ਉਹ ਕਹਿੰਦੇ ਵੀ ਅਸੀਂ ਨਸ਼ਾ ਵੇਚਦੇ ਨਹੀਂ ਪੀਂਦੇ ਆ ਮੈਂ ਦੁੱਧ ਉਹਨਾਂ ਦਾ ਸਪਲਾਈ ਕਰਦਾ ਰਿਹਾ ਸਾਰਾ ਦੁੱਧ ਅਰਦਿਆ ਵੀਰੇ ਇਹ ਪੁਲਿਸ ਵਾਲੇ ਉਹਨਾਂ ਦੇ ਨਾਲ ਰਲੇ ਹੋਏ ਆ ਯਾਰ ਕਿਵੇਂ ਨਾਲ ਰਲੇ ਨੇ ਹਿੱਸਾ ਹਫਤਾ ਲੈਣ ਆਉਂਦੇ ਨੇ ਵੀਰੇ ਹਫਤਾ ਪੁਲਿਸ ਵਾਲੇ ਫੜਨ ਆਉਂਦੇ ਨੇ 500 ਹਜ਼ਾਰ ਦਿੱਤਾ ਜਾ ਬਾਈ ਦੂਰੋਂ ਹੁੱਟਰ ਛੱਡ ਦਿੰਦੇ ਨੇ ਵੀ ਤੁਸੀਂ ਭੱਜੋ ਇਹ ਇਹ ਹਾਲ ਹੋਇਆ ਪਿਆ ਵੀਰੇ ਪੰਜਾਬ ਦਾ ਮੈਂ ਤਾਂ ਇਹ ਬੇਨਤੀ ਕਰਦਾ ਵੀ ਜਿੰਨੇ ਵੀ ਨੌਜਵਾਨ ਪੀਂਦੇ ਨੇ ਵੀ ਸਾਡੇ ਨਾਲ ਰਲੋ ਤੇ ਆਪਾਂ ਨੂੰ ਵੀਰੇ ਆਪ ਤਰਨਾ ਪਊ ਇਹ ਸਰਦਾਰਾਂ ਨੇ ਤੁਝ ਨਹੀਂ ਤਰਨਾ ਤੁਸੀਂ ਵੀ ਕਰਦੇ ਸੀ ਪਹਿਲਾਂ ਨਸ਼ਾ ਮੈਂ ਬਹੁਤ ਨਸ਼ਾ ਦਿੱਤਾ ਵੀਰੇ ਮੈਂ ਸਾਰਾ ਦੁੱਧ ਤਰਿਆ ਮੈਂ ਨਹੀਂ ਕਹਿੰਦਾ ਵੀ ਮੈਂ ਤਰਿਆ ਨਹੀਂ ਮੈਂ ਸਾਰਾ ਦੁੱਧ ਤਰਿਆ ਪਰ ਅੱਜ ਮੈਂ ਕਹਿ ਰਿਹਾ ਵੀ ਹਾਂ ਮੈਂ ਇਹਨਾਂ ਦੇ ਵਿਰੋਧ ਵਿੱਚ ਆ ਜਿਹੜੇ ਚਿੱਟਾ ਵੇਚ ਰਹੇ ਨੇ ਕਿਵੇਂ ਛੱਡਿਆ ਨਸ਼ਾ ਤੁਸੀਂ ਮੈਂ ਨਸ਼ਾ ਛੱਡਿਆ ਵੀਰੇ ਆ ਪੋਸਤ ਪਾਲਤ ਦਾ ਤੇ ਛੱਡਿਆ ਦਾ ਆ ਜੀਵ ਵਾਲੀਆਂ ਦੋਲੀਆਂ ਵੀ ਦਾਂਦਾ ਰਿਹਾ ਪਹਿਲਾਂ ਮੈਂ ਠੀਕ ਆ ਤੇ ਹੁਣ ਵੀ ਦਾਦੇ ਦਾਦੇ ਮੈਨੂੰ ਤੋੜ ਆ ਜਾਂਦੀ ਆ ਤਾਂ ਮੈਂ ਚਮਚਾ ਦਾ ਅਡਲਾ ਲੈਣਾ ਠੀਕ ਆ ਤੇ ਬਾਕੀ ਗੱਲ ਰਹੀ ਸਾਰਿਆਂ ਨੂੰ ਮੈਂ ਤਾਂ ਇਹੀ ਬੇਨਤੀ ਕਰਦਾ ਜਿਹੜੇ ਵੀ ਨਸ਼ਾ ਤਰ ਰਹੇ ਨੇ ਇਸ ਟਾਈਮ ਇਸ ਦਲ ਦਲ ਵਿੱਚ ਫਸੇ ਹੋਏ ਆ ਵੀ ਆਓ ਨਾਲ ਰਲੋ ਤੇ ਆਪਾਂ ਨੂੰ ਆਪ ਹੀ ਵੀਰੇ ਤਰਨਾ ਪੈਣਾ ਨਾ ਸਰਦਾਰਾਂ ਨੇ ਤੁਝ ਨਹੀਂ ਤਰਨਾ ਜਿਹੜੇ ਤੁਸੀਂ ਬਸੰਤ ਕੌਰ ਦੀ ਗੱਲ ਕੀਤੀ ਹੈ ਕਿ ਨਸ਼ਾ ਵੇਚਦੇ ਨੇ ਤੇ ਪਿੰਡ ਵਾਲੇ ਉਹਨਾਂ ਦੇ ਵਿਰੋਧ 'ਚ ਨਹੀਂ ਆਉਂਦੇ ਸੀ ਉਹਨਾਂ ਦਾ ਮਤਲਬ ਕਿ ਉਹਨਾਂ ਦੇ ਖਿਲਾਫ ਸ਼ਿਕਾਇਤ ਨਹੀਂ ਕਰਦੇ ਸੀ ਪੁਲਿਸ ਸ਼ਿਕਾਇਤ ਦਿੱਤੀ ਵੀਰੇ 4-5 ਵਾਰੀ ਤੋਂ ਇਤਵਾਰ ਨਹੀਂ ਤਲਾਬ ਵੀ ਦਿੱਤੀ ਉਹਨਾਂ ਦੇ ਧਰੇ ਵੀ ਦਏ ਅਸੀਂ 4-5 ਵਾਰੀ ਦਏ ਆ ਸੌਹਾਂ ਵੀ ਦੱਸਦੀਆਂ ਉਹਨਾਂ ਨੇ ਪਰ ਉਹਨਾਂ ਤੇ ਕੋਈ ਅਮਲ ਨਹੀਂ ਉਹਨਾਂ ਦਾ ਹੋਇਆ ਠੀਕ ਹੈ ਬਾਕੀ ਗੱਲ ਰਹੀ ਇਹ ਬਿਆੰਤ ਤੌਰ ਆ ਇਹ ਵੀ ਨਸ਼ਾ ਤਰ ਰਹੀ ਆ ਉਹਦਾ ਰੇਸਮਾ ਉਹ ਵੀ ਤਰ ਰਿਹਾ ਇਸ ਟਾਈਮ ਪਰਮਿੰਦਰ ਸਿੰਘ ਝੋਟਾ ਦਿਆ ਜਿੱਦਣ ਉਹ ਦੂਜੇ ਦਿਨ ਵੀ ਵੇਚਿਆ ਚਿੱਟਾ ਉਹਨਾਂ ਨੇ ਉਹਨਾਂ ਦੇ ਤੋਂ ਵੀ ਦਵਾ ਨਹੀਂ ਕੋਈ ਉਹਨਾਂ ਤੇ ਅਮਲ ਨਹੀਂ ਚੱਲਦਾ ਬਾਈ ਉਹਨਾਂ ਨੂੰ ਮੈਂ ਤਾਂ ਕਹਿਣਾ ਵੀ ਜੇਲ੍ਹ 'ਚ ਸੁੱਟੋ ਜੇ ਪ੍ਰਸ਼ਾਸਨ ਸੁਣ ਰਿਹਾ ਸਾਡੀ ਗੱਲ ਉਹਨਾਂ ਨੂੰ ਜੇਲ੍ਹ 'ਚ ਸੁੱਟਣ ਤੇ ਪੰਜਾਬ ਨੂੰ ਬਚਾਓ ਵੀਰੇ ਠੀਕ ਆ ਕੋਈ ਵੀ ਮੇਰਾ ਵੀਰ ਦਲ ਦਲ ਵਿੱਚ ਫਸਿਆ ਹੋਇਆ ਉਹਦੀ ਸਹਾਇਤਾ ਕਰਨ ਉਹਦੇ ਨਾਲ ਰਲਣ ਠੀਕ ਆ ਸਾਡੇ ਨਾਲ ਰਲੋ ਤੇ ਆਪਾਂ ਇਹਨਾਂ ਦਾ ਪਰਦਾ ਪਾਸ ਕਰੀਏ ਬਹੁਤ ਬਹੁਤ ਧੰਨਵਾਦ ਜੀ ਇਹਨਾਂ ਦੇ ਤੇ ਬਾਕੀ ਜਿਹੜੀ ਗੱਲ ਰਹੀ ਇਹ ਪਰਚੇ ਦੀ ਪਰਮਿੰਦਰ ਝੋਟਾ ਇਤਨੀ ਆਇਆ ਬਾਹਲੇ ਆਉਣੇ ਆ ਵੀਰੇ ਤੇ ਆਉਂਦੇ ਰਹਿਣ ਦੇ ਪੰਜਾਬੀ ਕਦੇ ਖਤਮ ਨਹੀਂ ਹੋਏ ਇਹਨਾਂ ਨੇ ਚਾਲ ਦੇੜੀ ਆ ਸਰਦਾਰਾਂ ਨੇ ਵੀਰੇ ਜਿਹੜੇ ਆਪਣੇ ਤੋਪਾਂ ਨਾਲ ਨਹੀਂ ਢਾਏ ਸੀ ਇਹਨਾਂ ਨੇ ਸਰਿੰਜਾ ਨਾਲ ਢਾਤੇ ਤੁਹਾਨੂੰ ਵੀ ਪਤਾ ਵੀਰੇ ਇਹ ਗੱਲ ਦਾ ਜਿਹੜੇ ਤੋਪਾਂ ਨਾਲ ਨਹੀਂ ਢਾਏ ਸੀ ਅੱਜ ਉਹ ਸਰਿੰਜਾ ਨੇ ਸਿੱਟਤੇ ਨੌਜਵਾਨ ਮੇਰੇ ਪਿੰਡ ਦੇ ਵਿੱਚ 7-8 ਮੌਤਾਂ ਕਹਿੰਦੇ ਤਾਂ ਉਹਦੇ ਜਿਹੜੇ ਮੁੰਡੇ ਪਲੇਅਰ ਸੀ ਉਹਨਾਂ ਦੀਆਂ ਮੌਤਾਂ ਹੋ ਚੱਲੀਆਂ ਸਾਡੀ ਵੀ ਵਾਰੀ ਸੀ ਜੇ ਅਸੀਂ ਨਾ ਛੱਡਦੇ ਕਿੰਨੀ ਉਮਰ 'ਚ ਨਸ਼ਾ ਲਾਉਣਾ ਸ਼ੁਰੂ ਕਰ ਦਿੱਤਾ ਨਸ਼ਾ ਸ਼ੁਰੂ ਵੀਰੇ ਮੈਂ 16 ਸਾਲ ਦੀ ਉਮਰ ਦੇ ਵਿੱਚ ਨਸ਼ਾ ਕਲਾਸ 'ਚ ਪੜ੍ਹਦੇ ਮੈਂ ਉਦੋਂ 10ਵੀਂ 'ਚ ਸੀਗਾ ਵੀਰੇ ਜਦੋਂ ਮੈਂ ਨਸ਼ਾ ਸਟਾਰਟ ਕਰਤਾ ਸੀ ਹਾਂਜੀ 10ਵੀਂ 'ਚ ਲਾਇਆ ਕਿਹਨੇ ਤੁਹਾਨੂੰ ਕੋਈ ਦੱਸ ਸਕਦੇ ਲਾਇਆ ਜਿਹਨੇ ਵੀਰੇ ਪਿੰਡ ਦੇ ਵਿੱਚ ਵੇਚਦਾ ਸੀਗਾ ਥੋੜ੍ਹਾ ਥੋੜ੍ਹਾ ਉਦੋਂ ਥੋੜ੍ਹਾ ਥੋੜ੍ਹਾ ਕੰਮ ਚੱਲ ਰਿਹਾ ਸੀ ਅਤੇ ਮੁੰਡਿਆਂ ਨਾਲ ਰਹਿੰਦਾ ਸੀਗਾ ਅਤੇ ਬਸ ਇਹਨਾਂ ਨਾਲ ਹੀ ਰਹਿੰਦਾ ਰਿਹਾ ਮੈਂ ਪਹਿਲਾਂ ਫਰੀ ਲਵਾਉਂਦੇ ਰਹੇ ਆ ਮੈਨੂੰ ਲਾਉਣ ਦੇ ਲਈ ਲਾਉਣ ਦੇ ਲਈ ਮੈਂ ਕੰਮ ਕਰਦਾ ਰਿਹਾ ਉਹਨਾਂ ਦੇ ਘਰੇ ਪਹਿਲਾਂ ਫਰੀ ਲਵਾਇਆ ਜਦੋਂ ਮੈਨੂੰ ਲੱਤ ਪਈ ਸੀ ਨਸ਼ੇ ਦੀ ਫਿਰ
ਫਿਰ ਪੈਸਿਆਂ ਤੇ ਫਿਰ ਲੱਤਾਂ ਮਾਰਦੇ ਸੀ, ਗਾਲਾਂ ਦਿੰਦੇ ਸੀ, ਪਰਚਾ ਮੇਰੇ ਤੇ ਪਵਾਇਆ ਉਹਨਾਂ ਨੇ, ਨਾਲ ਰਹਿੰਦੇ ਆਏ ਉਹਨਾਂ ਦੇ, ਮੈਂ ਸਮਾਨ ਵੇਚਦਾ ਸੀ। ਤੁਸੀਂ ਵੀ ਵੇਚਦੇ ਸੀ? ਹਾਂਜੀ ਹਾਂਜੀ ਉਹਨਾਂ ਦੇ ਨਾਲ। ਜਿਹੋ ਜਿਹਾ ਆਪਾਂ ਕਰਿਆ ਸੀ ਵਾਹਿਗੁਰੂ ਦੀ ਕਿਰਪਾ ਨਾਲ ਆਪਾਂ ਨੂੰ ਸਜ਼ਾ ਮਿਲੀ ਤੇ ਆਪਾਂ ਭੁਗਤਲੀ, ਪਰ ਹੁਣ ਪਰਮਿੰਦਰ ਸਿੰਘ ਝੋਟੇ ਦੇ ਨਾਲ ਆ, ਨਾਲ ਰਹਾਂਗੇ ਤੇ ਇਹਨਾਂ ਨੂੰ ਨੱਥ ਪਾ ਤੇ ਹਟਾਂਗੇ। ਹਾਂ ਤੁਸੀਂ ਕੀ ਕਹਿਣਾ ਚਾਹੁੰਦੇ? ਤੁਸੀਂ ਵੀ ਉਸੇ ਪਿੰਡ? ਹਾਂ ਜੀ ਉਸੇ ਪਿੰਡ ਤੋਂ। ਸਾਰਾ ਕੁਝ ਜੋ ਦੱਸ ਰਹੇ ਨੇ ਬਾਈ, ਉਹ ਤਾਂ ਨਸ਼ਾ ਕਰਦੇ ਸੀ ਤੇ ਇਹ ਸਾਰਾ ਕੁਝ ਹੁੰਦਾ ਸੀ ਉੱਥੇ? ਹਾਂ ਜੀ ਸੱਚ ਦੱਸ ਰਹੇ। ਹੋਰ ਵੀ ਹੁੰਦਾ? ਹੁਣ ਵੀ ਆ ਜੀ। ਕਿੰਨੇ ਕੁ ਘਰ ਨੇ ਜਿਹੜੇ ਪਿੰਡ ਦੇ ਵਿੱਚ ਨਸ਼ਾ ਵੇਚਦੇ ਨੇ? ਬਸੰਤ ਕੌਰ ਦੀ ਤਾਂ ਗੱਲ ਹੋ ਗਈ, ਹੋਰ ਵੀ ਘਰ ਹੈਗੇ ਨੇ ਇਹਦੇ ਵਿੱਚ? ਸਾਡੇ ਪਿੰਡ ਦੇ ਵਿੱਚ ਨਾਂ ਵਾਲਾ ਵੀ ਪੰਜ ਧਰ ਨੇ ਜਿਹੜੇ ਨਸ਼ਾ ਵੇਚਦੇ ਨੇ। ਵਿਆਹ ਕਰ ਆਪਦਾ ਇਹਨਾਂ ਦਾ ਸਾਰਾ ਦਾ ਪਰਿਵਾਰ ਆ। ਇਸ ਮੁੱਦਾ ਇਹ ਆ, ਮੇਨ ਮੋਢੇ ਇਹ ਆ ਜਿਹੜੀ ਬੇਅੰਤ ਤੌਰ ਆ। ਹੁਣ ਲੱਗਦਾ ਵੀ ਠੱਲ ਪੈ ਜੂ ਹੁਣ ਕੰਮ, ਹੁਣ ਠੱਲ ਪਾ ਤੇ ਹਟਾਂਦੇ ਬਾਈ। ਜਿਹੜੀ ਇਹ ਸਿੰਦਰ ਤੌਰ ਆ, ਬੇਅੰਤ ਤੌਰ ਦੀ ਸੱਸ ਆ ਇਹ, ਇਹਨਾਂ ਦੇ ਘਰੋਂ ਸਾਰਾ ਸਪਲਾਈ ਹੁੰਦਾ। ਹਾਂਜੀ ਉਹਨਾਂ ਦੀ ਸੱਸ ਤਾਂ ਕਹਿੰਦੀ ਮੈਂ ਇਹਨਾਂ ਨੂੰ ਡੱਕਦੀ ਸੀ ਵੀ ਨਾ ਕਰੋ ਸਾਰਾ ਕੁਛ। ਜਿਹੜੀ ਰੇਸ਼ਮ ਦੀ ਮਾਤਾ ਆ, ਜਿਹੜਾ ਰੇਸ਼ਮ ਆ ਉਹ ਤਾਂ ਉਦੋਂ ਜੇਲ੍ਹ ਵਿੱਚ ਸੀ ਜਦੋਂ ਇਹਨੇ ਚਿੱਟਾ ਵੇਚਣਾ ਸ਼ੁਰੂ ਕਰਿਆ। ਰੇਸ਼ਮ ਕਿਸ ਕੇਸ 'ਚ ਜੇਲ੍ਹ 'ਚ ਸੀ? ਜੇਲ੍ਹ 'ਚ ਉਹ ਪੋਸਟ ਦੇ ਜੇਲ੍ਹ 'ਚ ਸੀ, ਸਜ਼ਾ ਹੋਈ ਹੋਈ ਸੀ ਉਹਨੂੰ 10 ਸਾਲ ਦੀ, ਉਹਨਾਂ ਦੇ ਜੇਲ੍ਹ ਵਿੱਚ ਸੀ ਉਦੋਂ ਉਸ ਟਾਈਮ 'ਤੇ। ਬਹੁਤ ਬਹੁਤ ਧੰਨਵਾਦ ਤੁਹਾਡਾ। ਹਾਂਜੀ ਧੰਨਵਾਦ।